ਉਹ ਹੱਕ 'ਚ ਸੀਗੇ ਕਿ ਅਲਾਇੰਸ ਹੋਣਾ ਚਾਹੀਦਾ ਹੈ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਬੀਜੇਪੀ ਅਲਾਇੰਸ ਹੋਏਗਾ ਤਾਂ ਸਰਕਾਰ 27 'ਚ ਬਣ ਸਕਦੀ ਹੈ? ਮੈਂ ਤਾਂ ਉਹਦੇ ਹੱਕ ਸੀ। ਦੋ ਹਜ਼ਾਰ 22 ਦੀਆਂ ਵਿਧਾਨ ਸਭਾ ਹਾਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚੋਂ ਗਾਇਬ ਸਨ, ਜੋ ਕਿ ਹੁਣ ਮੁੜ ਤੋਂ ਐਕਟਿਵ ਹੋ ਚੁੱਕੇ ਨੇ, ਉਹ ਵੀ ਉਸ ਵੇਲੇ ਜਦੋਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਸਿਰ ਤੇ ਨੇ। ਖੰਨਾ ਦੀ ਦਾਣਾ ਮੰਡੀ ਪਹੁੰਚ ਕੇ ਕੈਪਟਨ ਨੇ ਜਿੱਥੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ, ਉੱਥੇ ਹੀ ਆੜ੍ਹਤੀਆਂ ਦੇ ਦੁੱਖੜੇ ਵੀ ਸੁਣੇ, ਨਾਲ ਹੀ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਇਹਨਾਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਗੇ। ਪੰਜਾਬ ਦੀਆਂ ਜ਼ਿਮਨੀ ਚੋਣਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਚਿਰਾਂ ਬਾਅਦ ਐਕਟਿਵ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਕੈਨੇਡਾ ਵਿਚਕਾਰ ਪੈਦਾ ਹੋਈ ਤਲਖੀ, ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ, ਸੁਨੀਲ ਜਾਖੜ ਦੀਆਂ ਪਾਰਟੀ ਦੇ ਨਾਲੋਂ ਦੂਰੀਆਂ ਤੇ ਵੀ ਬਿਆਨ ਦਿੱਤੇ ਨੇ। ਕੈਪਟਨ ਵੱਲੋਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਵਕਾਲਤ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਵਕਾਲਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੇ ਹੱਕ ਦੇ ਵਿੱਚ ਹਾਂ, ਕਿਉਂਕਿ ਉਹਨਾਂ ਨੇ ਪੀਐਮ ਨੂੰ ਕਈ ਵਾਰ ਭਾਜਪਾ ਅਕਾਲੀ ਗੱਠਜੋੜ ਦੀ ਗੱਲ ਕਹੀ ਸੀ। ਉਹਨਾਂ ਕਿਹਾ ਕਿ ਅਸੀਂ ਗੱਠਜੋੜ ਲਈ ਤਿਆਰ ਹਾਂ, ਪਰ ਅਕਾਲੀ ਦਲ ਨਹੀਂ ਮੰਨਿਆ। ਜੇ ਅਸੀਂ ਇਕੱਠੇ ਹੋ ਕੇ ਚੋਣ ਲੜਦੇ ਤਾਂ ਨਤੀਜੇ ਕਾਫੀ ਵਧੀਆ ਹੋਣੇ ਸੀ। ਅਕਾਲੀ ਦਲ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ। ਨਾਲ ਹੀ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਉਹਨਾਂ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ। ਸੁਖਬੀਰ ਸਿੰਘ ਬਾਦਲ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਬਾਹਰ ਬੈਠਦਾ ਹਾਂ, ਪਾਰਟੀ ਚੋਣ ਲੜੇ। ਤੁਸੀਂ ਉਦੋਂ ਹੱਕ 'ਚ ਸੀਗੇ ਕਿ ਅਲਾਇੰਸ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਬੀਜੇਪੀ ਅਲਾਇੰਸ ਹੋਏਗਾ ਤਾਂ ਸਰਕਾਰ 27 'ਚ ਬਣ ਸਕਦੀ? ਮੈਂ ਤਾਂ ਇਹਦੇ ਹੱਕ ਸੀ। ਅੱਜ ਵੀ ਹੋ? ਅੱਜ ਵੀ ਹੈ। ਅੱਜ ਵੀ ਤੁਸੀਂ ਚਾਹੁੰਦੇ ਹੋ ਅਲਾਇੰਸ ਹੋਏਗਾ ਤੇ ਸਰਕਾਰ ਬਣ ਸਕਦੀ? ਹੁਣ ਪ੍ਰੋਬਲਮ ਆ ਜਾਂਦੀ ਹੈ ਕਿ ਕਿਹੜੇ ਅਕਾਲੀ ਦਲ, ਹੁਣ ਤਾਂ ਅਕਾਲੀ ਦਲ ਹੀ ਟੋਏ, ਇਹ ਤਾਂ ਕੋਈ ਨਵੀਂ ਗੱਲ ਨਹੀਂ। ਉਹ ਟੁੱਟੇ ਨੇ, ਜੁੜੇ ਨੇ, ਫਿਰ ਟੁੱਟ ਜਾਂਦੇ ਨੇ, ਫਿਰ ਜੁੜੇ ਨੇ। ਪਰ ਤੁਸੀਂ ਹੱਕ 'ਚ ਹੋ ਕਿ ਅਲਾਇੰਸ ਹੋਏਗਾ ਤਾਂ ਪੰਜਾਬ 'ਚ? ਨਹੀਂ, ਇਹ ਨਹੀਂ। ਦੇਖੋ, ਮੇਰਾ ਇੰਟਰਸਟ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ, ਸ਼ਾਂਤੀ, ਪੀਸ ਵਗੈਰਾ। ਅਗਰ ਅਸੀਂ ਦੋਨੋਂ ਇਕੱਠੇ ਹੋ ਜਾਂਦੇ ਹਾਂ, ਆਹ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ 'ਚ ਅਗਰ ਅਸੀਂ ਇਕੱਠੇ ਹੋ ਜਾਂਦੇ, ਅੱਜ ਸਾਡੀਆਂ 8-10 ਸੀਟਾਂ ਆ ਜਾਣੀਆਂ ਸੀ। ਭਾਰਤ ਕੈਨੇਡਾ ਵਿਚਕਾਰ ਪੈਦਾ ਹੋਈ ਤਲਖੀ ਤੇ ਬੋਲੇ ਕੈਪਟਨ। ਕੈਪਟਨ ਨੇ ਕਿਹਾ ਕਿ ਭਾਰਤ ਤੇ ਇਲਜ਼ਾਮ ਲਗਾਉਣਾ ਟਰੂਡੋ ਦੀ ਵੋਟ ਬੈਂਕ ਪੋਲੀਟਿਕਸ ਹੈ, ਟਰੂਡੋ ਨੂੰ ਸਿਰਫ ਚੋਣ ਜਿੱਤਣ ਤੱਕ ਮਤਲਬ ਹੈ। ਕੈਨੇਡਾ ਦੇ ਵਿੱਚ ਬਹੁ ਗਿਣਤੀ ਪੰਜਾਬੀ ਨੇ ਜਿਨ੍ਹਾਂ ਦੀਆਂ ਵੋਟਾਂ ਦੇ ਲਈ ਟਰੂਡੋ ਅਜਿਹਾ ਕਰ ਰਿਹਾ। ਟਰੂਡੋ ਨੂੰ ਕੈਨੇਡਾ ਤੇ ਭਾਰਤ ਦੇ ਸੰਬੰਧਾਂ ਦੀ ਕੋਈ ਚਿੰਤਾ ਨਹੀਂ। ਉਹਨਾਂ ਨੇ ਕਿਹਾ ਕਿ ਟਰੂਡੋ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਚੁੱਕਿਆ, ਜੋ ਕਿ ਹਮੇਸ਼ਾ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਨੇ, ਨਾਲ ਹੀ ਖਾਲਿਸਤਾਨੀ ਐਲੀਮੈਂਟਸ ਟਰੂਡੋ ਨੂੰ ਸੂਟ ਕਰਦੇ ਨੇ। ਭਾਰਤ ਔਰ ਕੈਨੇਡਾ ਮੇਂ ਜੋ ਤਲਖੀ ਬੜੀ ਹੈ, ਨਿੱਜਰ ਕਤਲ ਮਾਮਲੇ ਮੇਂ ਕੈਨੇਡਾ ਲਗਾਤਾਰ ਭਾਰਤ ਪਰ ਆਰੋਪ ਲਗਾ ਰਿਹਾ ਹੈ, ਉਸਕੇ ਬਾਅਦ ਆਪਨੇ ਪੂਰਾ ਵੋ ਇਸ਼ੂ ਦੇਖਾ, ਇਸਕੇ ਪੀਛੇ ਆਪਕੋ ਲਗਤਾ ਕਿਆ ਹੈ ਕਿ ਜਸਟਿਨ ਟਰੂਡੋ ਅਗਲੇ ਸਾਲ ਚੁਣਾਵ ਹੈ, ਵੋ ਇਸ ਲਈ ਐਸਾ ਕਰ ਰਹੇ ਹੈ? ਜਸਟਿਨ ਟਰੂਡੋ ਇਹ ਕਰ ਰਹਾ ਹੈ ਟੋਟਲੀ ਆਪਣੇ ਪੋਲੀਟੀਕਲ ਇੰਟਰਸਟ ਮੇਂ, ਉਹ ਉਸਕੋ ਪਰਵਾਹ ਨਹੀਂ ਕਿ ਯਹਾਂ ਹਿੰਦੁਸਤਾਨ ਕੇ ਸਾਥ ਚਾਈਨਾ, ਉਸਕੇ ਕੈਨੇਡਾ ਕਾ ਕਿਆ ਰਿਲੇਸ਼ਨਸ਼ਿਪ ਹੋ, ਉਹ ਤਾਂ ਇਲੈਕਸ਼ਨ ਜਿੱਤਣਾ ਚਾਹਤਾ ਹੈ। ਸੁਨੀਲ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਤੇ ਬੋਲੇ ਕੈਪਟਨ। ਕੈਪਟਨ ਨੇ ਕਿਹਾ ਕਿ ਮੈਂ ਸੁਨੀਲ ਜਾਖੜ ਦੇ ਅਸਤੀਫੇ ਦੇ ਹੱਕ ਦੇ ਵਿੱਚ ਨਹੀਂ, ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿਣਾ ਚਾਹੀਦਾ। ਦੱਸ ਦਈਏ ਕਿ ਕੈਪਟਨ ਜਲਦ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕਰਨਗੇ ਤੇ ਜੋ ਵੀ ਪਾਰਟੀ ਪ੍ਰਤੀ ਨਾਰਾਜ਼ਗੀ ਹੈ ਉਸ ਨੂੰ ਦੂਰ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸੁਨੀਲ ਜਾਖੜ ਬਹੁਤ ਹੀ ਇੰਟੈਲੀਜੈਂਟ ਨੇ। ਹੋਰਾਂ ਨੇ ਅਸਤੀਫੇ ਦੀ ਗੱਲ ਆਈ, ਤੁਹਾਡੀ ਕੋਈ ਗੱਲਬਾਤ ਹੋਈ ਸੀ? ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ, ਜਾਂ ਕੀ 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 ਇਸ ਦੇ ਵਿੱਚ? ਸੁਨੀਲ ਜਾਖੜ ਦੇ ਅਸਤੀਫੇ ਦੀਆਂ ਬੜੀਆਂ ਚਰਚਾਵਾਂ ਸੀ ਕਿ ਪ੍ਰਧਾਨ ਨੂੰ, ਮੈਂ ਨਹੀਂ ਉਹਦੇ ਹੱਕ 'ਚ, ਮੈਂ ਸਮਝਦਾ ਕਿ ਸੁਨੀਲ ਇਜ਼ ਅ ਗੁੱਡ ਪਰਸਨ, ਉਹਨੂੰ ਰਹਿਣਾ ਚਾਹੀਦਾ, ਆਪਾਂ ਰੁਕ ਜਾਂਦੇ। ਚਿਰਾਂ ਬਾਅਦ ਖੰਨਾ ਦੀ ਦਾਣਾ ਮੰਡੀ ਪਹੁੰਚੇ ਕੈਪਟਨ। ਕੈਪਟਨ ਅਮਰਿੰਦਰ ਸਿੰਘ ਨੇ ਖੰਨਾ ਦਾਣਾ ਮੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਪੰਜਾਬ ਸਰਕਾਰ ਦੀ ਗਲਤੀ ਹੈ, ਕਿਸਾਨ ਔਖੇ ਨੇ, ਪਰ ਸੀਐਮ ਮੰਡੀਆਂ ਦੇ ਵਿੱਚ ਨਹੀਂ ਗਏ। ਸੀਐਮ ਦਿੱਲੀ ਜਾ ਕੇ ਪੀਐਮ ਅਤੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਨ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇ। ਇਸ ਮੌਕੇ ਕੈਪਟਨ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਕੇਂਦਰ ਸਰਕਾਰ ਦੇ ਕੋਲ
इन्हां समस्यावां नूं चुकणगे। उन्होंने कहा कि जल्द मैं पीएम मोदी अते गृह मंत्री नूं मिलांगा, पीएम तों समां मंगिया जावेगा, असीं अपने पद्धर ते केंद्र दे कोल जावांगे, पर सीएम अपने लैवल ते दिल्ली जा के मंत्रियां अते पीएम दे नाल मुलाकात करन। ਤਾਂ ਕੈਪਟਨ ਦੀ ਇਸ ਫੇਰੀ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਕੈਪਟਨ ਦੀ ਇਸ ਗਤੀਵਿਧੀ ਨੂੰ ਡਰਾਮੇਬਾਜ਼ੀ ਕਹਿ ਦਿੱਤਾ। ਅੱਜ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੰਡੀਆਂ 'ਚ ਜਾ ਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਮੈਂ ਹੈਰਾਨ ਹਾਂ ਕਿ ਕੈਪਟਨ ਸਾਹਿਬ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਨੇਗੇ ਔਰ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਆਉਂਦੇ ਨੇਗੇ। ਉਹ ਵਾਰ ਵਾਰ ਦੇਸ਼ ਦੀ ਹੋਮ ਮਿਨਿਸਟਰ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਨੇਗੇ, ਪਰ ਅੱਜ ਤੱਕ ਉਹਨਾਂ ਨੇ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਨਹੀਂ ਕੀਤੀ। ਲੋਕ ਜਾਣਦੇ ਨੇ, ਪੰਜਾਬ ਜਾਣਦਾ ਗਾ, ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਾਹਿਬ ਜਾਣਦੇ ਨੇਗੇ ਕਿ ਸਾਰੀ ਸਮੱਸਿਆ ਜਿਹੜੀ ਆ ਉਹ ਕੇਂਦਰ ਸਰਕਾਰ ਨੇ ਖੜੀ ਕੀਤੀ ਆ। ਕੁੱਲ ਮਿਲਾ ਕੇ ਕੈਪਟਨ ਮੈਦਾਨ ਦੇ ਵਿੱਚ ਨੇ। ਅੱਜ ਦੀ ਇਸ ਗਤੀਵਿਧੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕੈਪਟਨ ਭਾਜਪਾ ਦੇ ਲਈ ਚੋਣ ਪ੍ਰਚਾਰ ਵੀ ਕਰਨਗੇ ਤੇ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਬਣਨਗੇ ਅਤੇ ਪਾਰਟੀ ਨੂੰ ਹੁਲਾਰਾ ਦੇਣਗੇ। ਔਰ ਕੈਪਟਨ ਦੀ ਅੱਗੇ ਦੀ ਕੀ ਰਣਨੀਤੀ ਹੈ ਇਸ ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਲਿਹਾਜ਼ਾ ਕੈਪਟਨ ਦੀ ਇਸ ਫੇਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆ ਚੁੱਕਾ ਹੈ।